ਜਿਹੜਾ ਰਸਤਾ ਤਾਂ ਸਰਕਾਰ ਨੇ ਬੰਦ ਕਰਿਆ ਗੱਲ ਜਿਹੜੀ ਲੋਕਾਂ ਦੇ ਖਫਾ ਹੋਣਦੀ ਹੈ ਹਰ ਰੋਜ਼ ਲੰਗਰ ਲੈ ਕੇ ਆਉਂਦੇ ਨੇ ਚਾਹ ਦੇ ਲੰਗਰ ਲੱਗ ਨੇ ਉਹਨਾਂ ਦੇ ਲੱਕੜੀ ਲੈ ਕੇ ਆਣ ਦੀ ਡਿਊਟੀ ਲੱਗਾ ਸਵੇਰੇ ਤੜਕੇ ਪਰੌਂਠੇ ਲੈ ਕੇ ਚੜ੍ਹਨੇ ਨਾਲ ਲੋਕਾਂ ਨੂੰ ਖਵਾਉਂਦੇ ਆਂ 50 60 ਜਿਹਨੇ 1 ਵਜੇ ਦੇ ਆਸ-ਪਾਸ ਉੱਥੇ ਸਟੇਜ ਤੇ ਪਹੁੰਚੇ 30 ਤਰੀਕ ਨੂੰ ਚੱਕ ਦਿਆਂਗੇ ਥੋਨੂੰ ਦੇਖ ਲਿਆਂਗੇ ਸਰਕਾਰੀ ਲੋਗ ਨੇ ਚਾਹੇ ਕੋਈ ਬੀਜੇਪੀ ਦੇ ਨਾਲ ਸੰਬੰਧ ਰੱਖਦਾ ਆ ਜਿਹੜੇ ਅੰਮ੍ਰਾਲੇ ਤੋਂ ਆਏ ਸੀ ਉਹ ਵੀ ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਕਰਨ ਵਾਲੇ ਲੋਗ ਨੇ ਅਸੀਂ ਤਾਂ ਰਸਤਾ ਖੁਲਾਣ ਵਾਸਤੇ ਸਵੇਰ ਕਰਨ ਗਵਾਇਆ ਅਸੀਂ ਤਾਂ ਰਸਤਾ ਖੁਲਾਣ ਵਾਸਤੇ 407 ਨੂੰ ਇੰਜਰਡ ਕਰਾਇਆ ਅਸੀਂ ਤਾਂ ਰਸਤਾ ਖੁਲਾਣ ਵਾਸਤੇ ਪੰਜ ਕਿਸਾਨਾਂ ਦੀਆਂ ਅੱਖਾਂ ਗਵਾਈਆਂ ਅਸੀਂ ਤਾਂ ਰਸਤਾ ਖੁਲਾਣ ਵਾਸਤੇ ਕਿੰਨਾ ਜਿੱਦੋ ਜਹਿਦ ਕਰਿਆ ਅਸੀਂ ਰਸਤਾ ਬੰਦ ਕਿਦਾਂ ਕਰ ਸਕਦੇ ਥਰਡ ਡਿਗਰੀ ਟਾਰਚਰ ਕਰਿਆ ਗਿਆ ਉੱਥੇ ਉਹਨਾਂ ਨੂੰ ਲੇਕਿਨ ਜਿਹੜੀ ਉਹਨਾਂ ਦੇ ਧਾਰਾਵਾਂ ਲਾਈਆਂ ਗਈਆਂ ਸਾਰੀ ਬੇਬੁਨਿਆਦ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਇੱਕ ਵੀ ਵੀਡੀਓ ਨਵਦੀਪ ਦੇ ਹੱਥ ਦੇ ਵਿੱਚ ਹਥਿਆਰ ਰੋੜਾ ਮਾਰਨ ਦੀ ਧੱਕਾ ਮੁੱਕੀ ਮਾਰਨੀ ਤੁਸੀਂ ਦਿਓ ਮਸੇਈ ਕੋਈ ਨਹੀਂ ਜਿਹੜੀ ਮਰਜੀ ਸਜ਼ਾ ਦੇ ਹੋ ਇੱਕ ਔਰਤ ਦੀ ਮੌਤ ਹੁੰਦੀ ਹੈ ਕਹਿੰਦੇ ਉਹਨੇ ਹਸਪਤਾਲ ਲੈ ਕੇ ਜਾਣਾ ਸੀ ਇਲਾਜ ਨਹੀਂ ਹੋ ਸਕਿਆ ਉਸ ਦੀ ਰਸਤੇ ਚ ਮੌਤ ਹੋ ਜਾਂਦੀ ਉਹਦੀ ਕਿਸ ਕੋਈ ਸਾਬਤ ਕਰ ਦੇਣ ਪੁਲਿਸ ਉਰੇ ਖੜੀ ਹੈ ਕਿ ਉਹਨੇ ਕੋਈ ਐਂਬੂਲੈਂਸ ਦੇ ਵਿੱਚ ਲੈ ਕੇ ਆਏ ਹੋਣ ਕਿਤੇ ਕੋਈ ਰਸਤੇ ਦੇ ਵਿੱਚ ਕੋਈ ਉਹਨਾਂ ਕੋਲ ਵੀਡੀਓ ਹੋਵੇ ਬਿਲਕੁਲ ਬੇਬੁਨਿਆਦ ਗੱਲ ਹੈ ਐਸ ਵਕਤ ਅਸੀਂ ਸ਼ੰਭੂ ਬਾਰਡਰ ਤੇ ਆਂ ਸ਼ੰਭੂ ਬਾਰਡਰ ਦੇ ਉੱਤੇ ਕੁਝ ਚਰਚਾਵਾਂ ਚੱਲ ਰਹੀਆਂ ਨੇ ਇੱਕ ਤਾਂ ਚਰਚਾ ਚੱਲ ਰਹੀ ਹੈ ਕਿ ਆਸ-ਪਾਸ ਦੇ ਲੋਕ ਇੱਥੇ ਔਖੇ ਨੇ ਉਹਨਾਂ ਦੀ ਬਗਾਵਤ ਹੋ ਸਕਦੀ ਹੈ ਅੰਦੋਲਨ ਦੇ ਨਾਲ ਉਹਦੀ ਕੀ ਸਚਾਈ ਹੈ ਦੂਜਾ ਨਵਦੀਪ ওয়াਟਰ ਕੈਨਨ ਜਿੱਤੇ ਤੇ ਕਹਿੰਦੀ ਹੈ ਕਿ ਉਹਦੇ ਤੇ ਤਸ਼ੱਦਦ ਹੋ ਰਿਹਾ ਹੈਗਾ ਪੁਲਿਸ ਤਸ਼ੱਦਦ ਕਰ ਰਹੀ ਹੈ ਉਹਨਾਂ ਲਈ ਕੀ ਅਗਲਾ ਐਕਸ਼ਨ ਹੈ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਭਾਰਤੀ ਕਿਸਾਨੀ ਉਹਨ ਸ਼ਹੀਦ ਭਗਤ ਸਿੰਘ ਤੋਂ ਅਮਰਜੀਤ ਸਿੰਘ ਨੇ ਗੱਲਬਾਤ ਕਰਦੇ ਆਂ ਪ੍ਰਧਾਨ ਜੀ ਸਭ ਤੋਂ ਪਹਿਲਾ ਸਵਾਲ ਇੱਕ ਚਰਚਾ ਚੱਲ ਰਹੀ ਹੈ ਕਿ ਇੱਥੇ ਜਿਹੜੇ ਕਿਸਾਨ ਅੰਦੋਲਨ ਚ ਲੋਕ ਬੈਠੇ ਐਸ ਅੰਦੋਲਨ ਤੋਂ ਆਸ-ਪਾਸ ਦੇ ਏਰੀਆ ਦੇ ਲੋਕ ਖਫਾ ਨੇ ਗੁੱਸੇ ਨੇ ਕਿ ਰਸਤੇ ਬੰਦ ਕੀਤੇ ਹੋਏ ਨੇ ਸਾਨੂੰ ਆਉਣ ਜਾਣ ਚ ਸਮੱਸਿਆ ਹੋ ਰਹੀ ਹੈ ਕੀ ਸਚਾਈ ਹੈ ਜੀ ਇੱਥੇ ਕਿਉਂ ਰਸਤੇ ਬੰਦ ਕੀਤੇ ਹੋਏ ਨੇ ਦੇਖੋ ਜਿਹੜਾ ਰਸਤਾ ਤਾਂ ਸਰਕਾਰ ਨੇ ਬੰਦ ਕਰਿਆ ਗੱਲ ਜਿਹੜੀ ਲੋਕਾਂ ਦੇ ਖਫਾ ਹੋਣਦੀ ਹੈ ਹਰ ਰੋਜ਼ ਲੰਗਰ ਲੈ ਕੇ ਆਉਂਦੇ ਨੇ ਮੇਰੇ ਖਿਆਲ ਦੇ 30 ਪਿੰਡਾਂ ਦੇ ਆਸ-ਪਾਸ ਦੌਰੇ ਜਿਹੜਾ ਏਰੀਆ ਪਵਾਦ ਵਾਲਾ ਉਹ ਬਾਰੀ-ਬਾਰੀ ਸਰ ਲੰਗਰ ਵੀ ਲੈ ਕੇ ਆਉਂਦੇ ਨੇ ਚਾਹ ਦੇ ਲੰਗਰ ਲੱਗਣੇ ਉਹਨਾਂ ਦੇ ਲੱਕੜੀ ਲੈ ਕੇ ਆਉਣ ਦੀ ਡਿਊਟੀ ਲੱਗਾ ਉਹ ਸਾਰੇ ਪਿੰਡਾਂ ਨੇ ਆਪਣੇ ਆਪ ਡਿਵਾਈਡ ਕਰਿਆ ਹੋਇਆ ਹੈ ਜੀ ਤੁਸੀਂ ਜਿਹੜੇ ਮੰਨ ਲਿਓ ਅੰਮ੍ਰਿਤਸਰ ਤੋਂ ਜਾਂ ਬਠਿੰਡੇ ਜਿਹੜੇ ਵੀ ਪੰਜਾਬ ਤੋਂ ਆਏ ਹੋਏ ਲੋਕਾਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਤੁਸੀਂ ਕਦੇ ਆਪਣਾ ਲੰਗਰ ਤਿਆਰ ਕਰਿਆ ਕਦੀ ਤੁਸੀਂ ਦੁੱਧ ਲੈ ਕੇ ਆਏ ਜੇ ਲੋਕ ਇੱਥੋਂ ਮੰਨ ਲੈ ਰਾਜੀ ਨਾ ਹੁੰਦੇ ਤਾਂ ਸਭ ਨੂੰ ਆਪਣਾ ਲੰਗਰ ਦਾ ਵੀ ਇੰਤਜ਼ਾਮ ਕਰਨਾ ਪੈਂਦਾ ਸਾਰਾ ਕੁਝ ਕਰਨਾ ਪੈਂਦਾ ਲੇਕਿਨ ਇਹਦਾ ਸਵੇਰੇ ਤੜਕੇ ਪਰੌਂਠੇ ਲੈ ਕੇ ਚੜ੍ਹਨੇ ਨਾਲ ਲੋਕਾਂ ਨੂੰ ਖਵਾਉਂਦੇ ਆ ਜਿਹੜੇ ਖਫਾ ਹੋਣ ਵਾਲੀ ਗੱਲ ਹੈ ਉਹ ਸਰਕਾਰੀ ਲੋਕ ਨੇ ਚਾਹੇ ਕੋਈ ਬੀਜੇਪੀ ਦੇ ਨਾਲ ਸੰਬੰਧ ਰੱਖਦਾ ਆ ਜਿਵੇਂ ਹਰਿਆਣੇ ਤੋਂ ਕੁਝ ਕਪੜਾ ਮਾਰਕੀਟ ਤੋਂ ਲੋਕ ਆਏ ਕੁਝ ਪੱਠੇ ਵਾਲੇ ਸਾਥੀ ਸੀ ਉਹਨਾਂ ਦੇ ਨਾਲ ਜਿਨ੍ਹਾਂ ਦਾ ਮਿੱਟੀ ਦਾ ਲੈਣ ਦੇਣਾ ਉਹ ਲੋਕ ਫਿਰ ਸਾਹਮਣੇ ਆਏ ਦੇਖ ਕੇ ਕੁਝ ਲੋਕ ਇਹੋ ਜਿਹੇ ਵੀ ਹੈ ਜਿਨ੍ਹਾਂ ਦੇ ਕੱਪੜੇ ਨਿਹੰਗ ਸਿੰਘਾਂ ਵਾਲੇ ਪਾਏ ਹੋਏ ਸੀ ਝੋਗੇ ਪਰ ਲੇਕਿਨ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਵੜਨਾ ਬੰਦ ਕਰਿਆ ਹੋਇਆ ਉਹਨਾਂ ਦੇ ਕੈਰੇਕਟਰ ਕਰਕੇ ਹੂੰ ਇਸ ਕਰਕੇ ਕੋਈ ਖਫਾ ਨਹੀਂ ਜਿਹੜੇ ਲੋਕ ਨੇ ਉਹ ਆ ਰਾਜਨੀਤਿਕ ਲੋਕਾਂ ਨਾਲ ਜੁੜੇ ਹੋਏ ਨੇ ਤੇ ਜਿਹੜੇ ਰੇਤ ਮਾਫੀਆ ਨੇ ਕੁਝ ਇਹ じゃ ਕਿਉਂਕਿ ਜਿਹੜਾ ਘੱਗਰ ਦਾ ਏਰੀਆ ਇੱਥੇ ਰੇਤ ਦਾ ਬੜਾ ਕੰਮ ਆ ਮਾਈਨਿੰਗ ਦਾ ਕੰਮ ਆ ਦੋ ਨੰਬਰ ਦਾ ਉਹ ਸਰਕਾਰਾਂ ਦੇ ਨਾਲ ਮਿਲੇ ਹੋਏ ਮੌਕੇ ਦੀ ਸਰਕਾਰ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਜੁੜ ਕੇ ਉਹ ਪੈਸਾ ਉਹਨਾਂ ਨੂੰ ਮੰਨ ਲਓ ਨੁਕਸਾਨ ਹੋ ਰਿਹਾ ਉਹ ਲੋਕ ਨੇ ਹੋਰ ਕਿਸੇ ਨੂੰ ਕੋਈ ਸਮੱਸਿਆ ਨਹੀਂ ਉਸ ਤੋਂ ਪਹਿਲਾਂ ਵੀ ਹੁਣ ਥੋੜੀ ਦੇਰ ਪਹਿਲਾਂ ਖੜੇ ਸੀ ਤਕਰੀਬਨ ਸਾਰਾ ਹੀ ਏਰੀਆ ਸੀ ਲੰਗਰ ਦੀ ਡਿਊਟੀ ਇਸ ਏਰੀਏ ਦੀ ਆ ਚਾਹ ਪਾਣੀ ਦੀ ਏਰੀਏ ਦੀ ਆ ਸਾਰਾ ਹਰ ਤਰ੍ਹਾਂ ਦਾ ਹੁਣ ਵੀ ਜਦ ਕੋਈ ਕਾਲ ਇਹਨਾਂ ਦੀ ਆਈ ਵੀ ਅਸੀਂ ਆਵਾਂਗੇ ਆਵਾਂਗੇ ਉਹ ਲੋਕਾਂ ਨੇ ਆਪਣੇ ਆਪ ਅੱਗੇ ਹੋ ਕੇ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਆਪਣਾ ਉਹ ਵੀ ਕੀਤਾ ਉਹਨਾਂ ਦੀ ਵੀਡੀਓ ਵੀ ਬਣਾਈਆਂ ਉਹਨਾਂ ਦੀ ਫੋਟੋਆਂ ਵੀ ਕੱਢ ਕੱਢ ਕੇ ਦੇਈਆਂ ਵੀ ਇਹ ਕਿਹੜੇ ਕਿਹੜੇ ਲੋਕਾਂ ਨਾਲ ਜੁੜੇ ਹੋਏ ਨੇ ਇਹ ਜੀ ਕੋਈ ਗੱਲ ਨਹੀਂ ਜੇ ਇਹ ਜਹਾ ਹੁੰਦਾ ਤਾਂ ਫਿਰ ਉਰੇ ਬੈਠਣਾ ਇੰਨੇ ਮਹੀਨੇ ਸੌਖਾ ਨਹੀਂ ਸੀ ਪਰ ਤਾਂ ਜੀ ਉਹ ਘਟਨਾ ਤੇ ਜ਼ਰੂਰ ਚਰਨਾ ਪਾ ਦਿਓ ਕਿਸ ਤਰ੍ਹਾਂ ਦੇ ਹੁੰਦੀ ਆ ਲੋਕ ਆਉਂਦੇ ਨੇ ਕੀ ਚੀਜ਼ ਕੀ ਜੜੀ ਹੈਗੀ ਉਹ ਗੱਲ ਆਖਦੇ ਨੇ ਕੁਝ ਨਹੀਂ ਇੱਕ ਦਿਨ ਪਹਿਲਾਂ ਜਿਹੜਾ ਮੇਰੇ ਖਿਆਲ ਤੋਂ ਇੱਕ ਡੇਢ ਮਹੀਨੇ ਪਹਿਲਾਂ ਗੱਲ ਹੋਈ ਸੀ ਅੰਬਾਲਾ ਤੋਂ ਕੱਪੜਾ ਮਾਰਕੀਟ ਤੋਂ ਲੋਕ ਆਏ ਉਸ ਖਨੌਰੀ ਬਾਰਡਰ ਤੇ ਸਾਡੀ ਮੀਟਿੰਗ ਹੋਈ ਉਹਨਾਂ ਨਾਲ ਉਹ ਕਹਿਣ ਲੱਗੇ ਵੀ ਤੁਸੀਂ ਰਸਤਾ ਬੰਦ ਕਰਿਆ ਹੋਇਆ ਉਹਨਾਂ ਨੂੰ ਕਿਹਾ ਵੀ ਅਸੀਂ ਰਸਤਾ ਨਹੀਂ ਬੰਦ ਕਰਿਆ ਅਸੀਂ ਤਾਂ ਰਸਤਾ ਖੁਲਾਣ ਵਾਸਤੇ ਸਵੇਰ ਕਰਨ ਗਵਾਇਆ ਅਸੀਂ ਤਾਂ ਰਸਤਾ ਖੁਲਾਣ ਵਾਸਤੇ 407 ਨੂੰ ਇੰਜਰਡ ਕਰਾਇਆ ਅਸੀਂ ਤਾਂ ਰਸਤਾ ਖੁਲਾਣ ਵਾਸਤੇ ਪੰਜ ਕਿਸਾਨਾਂ ਦੀਆਂ ਅੱਖਾਂ ਗਵਾਈਆਂ ਅਸੀਂ ਤਾਂ ਰਸਤਾ ਖੁਲਾਣ ਵਾਸਤੇ ਕਿੰਨਾ ਜਦੋ ਜਹਿਦ ਕਰਿਆ ਅਸੀਂ ਰਸਤਾ ਬੰਦ ਕਿੱਦਾਂ ਕਰ ਸਕਦੇ ਹਾਂ ਰਸਤੇ ਤੋਂ ਅਸੀਂ 500 ਮੀਟਰ ਦੂਰ ਬੈਠੇ ਹਾਂ ਕਿਸੇ ਕਿਸਾਨ ਜਥੇਬੰਦੀ ਨੇ ਬੈਰੀਕੇਟ ਲਾਇਆ ਹੋਏ ਕਿਸੇ ਕਿਸਾਨ ਨੇ ਕਿਸੇ ਨੂੰ ਹੱਥ ਜਿਕੇ ਕਿਹਾ ਹੋਵੇ ਵੀ ਤੁਸੀਂ ਅੱਗੇ ਨਹੀਂ ਜਾ ਸਕਦੇ ਇਹ ਤਾਂ ਅਸੀਂ 13 ਤਰੀਕ ਨੂੰ ਆਏ ਇਹਨਾਂ ਨੇ 8 ਤਰੀਕ ਨੂੰ ਤਕਰੀਬਨ ਹਰਿਆਣੇ ਦਾ ਜਿਹੜਾ 350 ਕਿਲੋਮੀਟਰ 300 ਕਿਲੋਮੀਟਰ 350 ਕਿਲੋਮੀਟਰ ਦਾ ਆਰ ਹੈ ਉਤੇ ਉਤੇ ਜਾਣ ਵਾਲਾ ਹਰ ਛੋਟਾ ਵੱਡਾ ਰਸਤਾ ਇਹਨਾਂ ਨੇ ਬੰਦ ਕਰਿਆ ਹੋਏ ਸੀ ਦਿੱਲੀ ਤੱਕ ਰਸਤੇ ਬੰਦ ਕਰੇ ਹੋਏ ਸੀ ਇਹ ਰਸਤੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਸਰਕਾਰ ਨੇ ਬੰਦ ਕਰੇ ਹੋਏ ਤੁਸੀਂ ਅਸੀਂ ਮਦਦ ਦੇ ਵਿੱਚ ਤੁਹਾਡੀ ਬੋਲੋ ਕਿੱਥੇ ਜਾਣਾ ਰਸਤਾ ਖੁਲਾਣ ਵਾਸਤੇ ਤੁਸੀਂ ਜਿੱਥੇ ਵੀ ਕਹੋਗੇ ਅਸੀਂ ਉੱਥੇ ਤੁਹਾਡੇ ਨਾਲ ਚੱਲਾਂਗੇ ਉਹ ਸਮਝ ਗਏ ਸੀ ਫੇਰ ਇੱਕ ਦਿਨ ਕੁਝ ਉਹੀ ਰੇਤੇ ਰੁੱਤੇ ਵਾਲੇ ਜਿਨ੍ਹਾਂ ਦਾ ਕੰਮ ਹੈ ਉਹ ਗਿਆਪਨ ਦੇਣ ਆਏ ਸੀ ਉਹਨਾਂ ਨੂੰ ਵੀ ਅਸੀਂ ਕਿਹਾ ਭਾਈ ਇਹ ਜਿਹੜਾ ਤੁਸੀਂ ਸਾਨੂੰ ਐਪਲੀਕੇਸ਼ਨ ਦੇਣ ਆਏ ਇਹ ਦੇ ਕੇ ਆਓ ਹਰਿਆਣਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਨੂੰ ਤਾਂ ਕਿ ਉਹ ਰਾਜ ਜਿਹਨਾਂ ਨੇ ਰਸਤਾ ਬੰਦ ਕਰਿਆ ਉਹ ਖੋਲ ਸਕਣ ਸਾਡੇ ਦੇ ਅਖਤਿਆਰ ਦੇ ਵਿੱਚ ਨਹੀਂ ਸਿੱਧਾ ਰਸਤਾ ਖੁਲਾਣ ਵਾਸਤੇ ਕਿੰਨਾ ਜਦਦ ਜਹਿਦ ਕਰਿਆ ਜੇ ਰਸਤਾ ਖੁੱਲ ਜਾਂਦਾ ਸਾਨੂੰ ਤਾਂ ਨਾਲ ਹੋ ਕੇ ਖੁਲਾਣ ਨੂੰ ਤਿਆਰ ਹਾਂ ਹੋਰ ਕੁਰਬਾਨੀਆਂ ਦੇਣ ਨੂੰ ਤਿਆਰ ਹਾਂ ਪਰ ਲੇਕਿਨ ਇਹ ਸਰਕਾਰਾਂ ਨੇ ਰਸਤੇ ਰੁਕੇ ਅਸੀਂ ਨਹੀਂ ਰੁਕੇ ਉਹ ਇਹ ਤੁਸੀਂ ਜਿਹੜੀ ਗੱਲਬਾਤ ਹੈ ਉਹ ਸਮਝ ਕੇ ਚਲੇ ਗਈ ਸੀ ਉਸ ਦਿਨ ਫਿਰ ਜਿਹੜਾ ਮੰਨ ਲਓ 23 ਤਰੀਕ ਦੀ ਗੱਲ ਹੈ ਉਹ 50 60 ਜਣੇ ਇਕੱਠੇ ਹੋ ਗਏ ਸਟੇਜ ਤੇ 10:30 ਤੋਂ 1 ਵਜੇ ਤੱਕ ਸਟੇਜ ਚੱਲਦੀ ਆ ਔਰ 1 ਵਜੇ ਦੇ ਆਸ-ਪਾਸ ਉੱਥੇ ਸਟੇਜ ਤੇ ਪਹੁੰਚੇ ਉੱਥੇ ਆ ਕੇ ਉਹਨਾਂ ਨੂੰ ਕਿਹਾ ਪਾਈ ਜਿਨ੍ਹਾਂ ਨੇ ਗੱਲ ਕਰਨੀ ਹੈ ਪੰਜ ਬੰਦੇ ਸਾਈਡ ਤੇ ਆਜੋ ਅਸੀਂ ਵੀ ਸਟੇਜ ਸਮਾਪਤ ਕਰਨ ਲੱਗੇ ਆ ਉਹਨਾਂ ਨੇ ਲੇਕਿਨ ਇਹ ਗੱਲ ਨਹੀਂ ਸੁਣੀ ਉਹਨਾਂ ਨੇ ਥੱਲੇ ਗਾਲਮ ਗਾਲੀ ਹੋਣ ਤੱਕਾ ਮੁੱਕੀ ਲੇਕਿਨ ਜਿਹੜੀ ਸੀਨੀਅਰ ਲੀਡਰਸ਼ਿਪ ਸੀ ਬਜ਼ੁਰਗ ਸੀ ਔਰ ਜਿਹੜੀ ਮੇਰੀ ਮਾਤਾਵਾ ਭੈਣਾ ਸੀ ਉਹਨਾਂ ਨੇ ਬੜੇ ਤਰੀਕੇ ਦੇ ਨਾਲ ਉਹਨਾਂ ਨੂੰ ਰੋਕਿਆ ਸਮਝਾਇਆ ਸਾਈਡ ਦੇ ਵਿੱਚ ਕਰਨ ਦੇ ਵਿੱਚ ਕਾਮਯਾਬ ਹੋਏ ਉਹਨਾਂ ਨੇ ਮੀਡੀਆ ਕੁਝ ਤੰਤਰ ਨਾਲ ਲੈ ਕੇ ਆਏ ਹੋਏ ਸੀ ਆਪਣੇ ਯਾਨੀ ਕਿ ਉਹਨਾਂ ਨੇ ਜਿਹੜੇ ਕਹਿਣ ਵਾਲੇ ਸੀ ਉਹਨਾਂ ਦੇ ਵਿੱਚ ਵੀਡੀਓ ਪਾਈ ਸੀ 30 ਤਰੀਕ ਨੂੰ ਚੱਕ ਦੇਵਾਂਗੇ ਇੱਥੋਂ ਇਹਨੂੰ ਦੇਖ ਲਿਆਂਗੇ ਯਾਨੀ ਕਿ ਪੂਰਾ ਫਿਰ ਉਹਨਾਂ ਦੀ ਸਾਰਿਆਂ ਦੀ ਬੈਕਗ੍ਰਾਉਂਡ ਕੱਢੀ ਹੈ ਲੋਕਲ ਲੋਕਾਂ ਨੇ ਦੱਸਿਆ ਵੀ ਇਹ ਕੋਈ ਪ੍ਰਨੀਤ ਕੌਰ ਦੇ ਨਾਲ ਜੁੜਿਆ ਹੋਇਆ ਹੈ ਕੋਈ ਐਮਐਲਏ ਦੇ ਨਾਲ ਜੁੜਿਆ ਹੋਇਆ ਕਿਸੇ ਦਾ ਰਿਸ਼ਤੇ ਦਾ ਕੰਮ ਹੈ ਕਿਸੇ ਦਾ ਪੱਠੇ ਦਾ ਕੰਮ ਹੈ ਜਿਹੜੇ ਅੰਮ੍ਰਾਲੇ ਤੋਂ ਆਏ ਸੀ ਉਹ ਵੀ ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਦਾ ਮੰਨ ਲਓ ਪ੍ਰੋਗਰਾਮ ਕਰਨ ਵਾਲੇ ਲੋਕ ਨੇ ਇੱਕ ਸਾਡੇ ਕੋਈ ਜ਼ਿਲ੍ਹਾ ਪ੍ਰਧਾਨ ਅੰਮ੍ਰਾਲੇ ਦੇ ਵਿੱਚ ਉਹਦੇ ਮਾਮੇ ਦਾ ਮੁੰਡਾ ਪੈਂਦਾ ਔਰ ਨੇੜੇ ਹੀ ਤੇਪੜਾ ਪਿੰਡਾ ਉਹ ਮੁੰਡੇ ਸੀ ਯਾਨੀ ਕਿ ਉਹ ਇਸ ਤਰ੍ਹਾਂ ਕਰਕੇ ਸਾਰਾ ਸਰ ਦਾ 76 ਆ ਵੀ ਸਾਨੂੰ ਸਾਡਾ ਨਾਮ ਵੀ ਨ ਲਗੇ ਤੇ ਲੋਕ ਆਪਸ ਦੇ ਵਿੱਚ ਭिड ਜਾਣ ਲੇਕਿਨ ਲੋਕਲ ਪਬਲਿਕ ਨੇ ਫਿਰ ਇਨਾ ਹੀ ਨੇ ਇਹ ਮੋਰਚਾ ਸੰਭਾਲਿਆ ਸਾਨੂੰ ਕਿਸੇ ਨੂੰ ਕੁਝ ਕਰਨ ਦੀ ਕੋਈ ਜ਼ਰੂਰਤ ਨਹੀਂ ਭਈ ਲੋਕਲ ਲੋਕਾਂ ਨੇ ਉਹਨਾਂ ਨੂੰ ਪਿੱਛੇ ਹਟਾਇਆ ਤੇ ਮੌਕੇ ਤੇ ਪਹੁੰਚ ਕੇ ਤੇ ਕਿਸੇ ਤਰ੍ਹਾਂ ਇੱਕ ਇੱਕ ਗੱਲ ਇੱਕ ਗੱਲ ਇੱਥੇ ਹੈ ਕਿ ਇੱਕ ਔਰਤ ਦੀ ਮੌਤ ਹੁੰਦੀ ਹੈ ਕਹਿੰਦੇ ਉਹਨੇ ਹਸਪਤਾਲ ਲੈ ਕੇ ਜਾਣਾ ਸੀ ਇਲਾਜ ਨਹੀਂ ਹੋ ਸਕਿਆ ਉਸ ਦੀ ਰਸਤੇ ਚ ਮੌਤ ਹੋ ਜਾਂਦੀ ਉਹਦੀ ਕੀ ਚਾਹੀਏ ਉਹ ਬਿਲਕੁਲ ਝੂਠ ਹੈ ਉਹ ਕੱਖ ਵੱਢਣ ਗਈ ਹੋਈ ਸੀ ਬਜ਼ੁਰਗ ਔਰਤ ਸੀ ਉਹਦੀ ਉੱਥੇ ਹੀ ਮੌਕੇ ਤੇ ਡੈਥ ਹੋਈ ਆ ਜਦੋਂ ਕੱਖ ਲੈ ਕੇ ਘਰ ਆਈ ਆ ਕਿਤੇ ਕੋਈ ਸਾਬਤ ਕਰ ਦੇਣ ਪੁਲਿਸ ਉਰੇ ਖੜੀ ਐ ਕਿ ਉਹਨਾਂ ਨੇ ਕੋਈ ਐਂਬੂਲੈਂਸ ਦੇ ਵਿੱਚ ਲੈ ਕੇ ਆਏ ਹੋਣ ਕਿਤੇ ਕੋਈ ਰਸਤੇ ਦੇ ਵਿੱਚ ਕੋਈ ਉਹਨਾਂ ਕੋਲ ਵੀਡੀਓ ਹੋਵੇ ਬਿਲਕੁਲ ਬੇਬੁਨਿਆਦ ਗੱਲ ਹੈ ਦੂਜੀ ਗੱਲ ਹੈ ਸਾਡਾ ਏਰੀਆ ਸਾਡੇ ਅਸੀਂ ਅੰਬਾਲੇ ਤੋਂ ਰਹਿੰਦੇ ਆਂ ਅੰਬਾਲੇ ਦੇ ਲੋਕ ਤਾਂ ਸੁੱਖ ਜੇ ਅੰਬਾਲੇ ਦੇ ਵਿੱਚ ਰੁਕਦੇ ਨੇ ਸਾਰੇ ਜੇ ਕੋਈ ਇਹ ਜਿਹਾ ਮੇਜਰ ਕੋਈ ਹੁੰਦਾ ਹੈ ਸਾਰੇ ਚੰਡੀਗੜ੍ਹ ਨੂੰ ਭੱਜਦੇ ਆਂ ਕਿ ਜੇ ਹੀ ਨੇੜੇ ਆ ਸਾਡੇ ਸਾਡੇ ਤਾਂ ਪੀਜੀ ਨੇੜ ਹੋਣ ਕਰਕੇ ਕੋਈ ਅੰਬਾਲੇ ਦੇ ਵਿੱਚ ਐਸਾ ਵਧੀਆ ਹਸਪੀਟਲ ਵੀ ਨਹੀਂ ਹੈਗਾ ਕੋਈ ਐਮਰਜੈਂਸੀ ਸੰਭਾਲ ਸਕੇ ਕਿਉਂਕਿ 45 ਕਿਲੋਮੀਟਰ 40 50 ਕਿਲੋਮੀਟਰ ਚੰਡੀਗੜ੍ਹ ਪੈਂਦਾ ਆ ਕੋਈ ਵੀ ਐਕਸੀਡੈਂਟ ਹੁੰਦਾ ਸਾਡੇ ਨੂੰ ਕੋਈ ਅੰਬਾਲੇ ਰੁਕਦਾ ਸਾਰੇ ਸਿੱਧੇ ਚੰ ਉਹਨੇ ਬਣਾਈਆਂ ਹੋਈਆਂ ਆ ਕੋਈ ਇਹ ਜਾਂ ਇਨਸਟੈਂਟ ਕਿਤੇ ਉਰੇ ਨਹੀਂ ਗਏ ਹੋਣੇ ਕਿਸੇ ਹੋਰ ਹਸਪੀਟਲ ਜੇ ਗਏ ਹੋਣ ਉਹ ਘਰ ਹੀ ਉਹਦੀ ਡੈਥ ਹੋਈ ਆ ਅੱਜ ਇਹ ਵੀ ਰਿਪੋਰਟ ਸਾਡੇ ਕੋਲ ਅੱਜ ਹੀ ਆਈ ਆ ਪਰ ਜਿਹੜੇ ਸਥਾਨਕ ਲੋਕਾਂ ਦੀ ਗੱਲ ਹੁੰਦੀ ਆ ਤੁਹਾਡੇ ਕੋਲ ਉਸ ਤੋਂ ਪਹਿਲਾਂ ਕੋਈ ਸਥਾਨਕ ਲੋਕ ਆਉਣ ਕਿ ਕਿਹਾ ਇਹ ਜਾ ਰਿਹਾ ਨਾ ਖਬਰਾਂ ਦੇ ਵਿੱਚ ਰਿਪੋਰਟਾਂ ਦੇ ਵਿੱਚ ਕਿ ਭਾਈ ਸਥਾਨਕ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਪ੍ਰੋਬਲਮ ਆਉਂਦੀ ਆ ਕਿਸਾਨ ਰਾਹ ਰੋਕੀ ਬਟਾ ਕੋਈ ਸਥਾਨਕ ਲੋਕ ਤੁਹਾਡੇ ਕੋਲੇ ਆਏ ਹੁਣ ਪਹੁੰਚ ਕੀਤੀ ਹੋਵੇ ਕਿ ਭਾਈ ਅਸੀਂ ਲੰਘ ਨਹੀਂ ਸਕਦੇ ਜਾਂ ਸਾਨੂੰ ਪ੍ਰੋਬਲਮ ਆਉਂਦੀ ਆ ਹੋਰ ਨਾ ਪਿੰਡਾਂ ਵਿੱਚ ਦੀ ਹੋ ਕੇ ਜਾਣਾ ਪੈਂਦਾ ਦੇਖੋ ਸਮੱਸਿਆ ਬਿਲਕੁਲ ਹੈ ਗਈ ਆ ਜਿਹੜੇ ਲੰਗਨ ਵਾਲੇ ਲੋਕਾਂ ਨੂੰ ਆ ਲੇਕਿਨ ਇਹ ਬਾਰਡਰ ਆ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਵਿੱਚ ਕੰਮ ਹਰਿਆਣੇ ਦੇ ਲੋਕਾਂ ਦਾ ਹਰਿਆਣੇ ਦੇ ਵਿੱਚ ਕੰਮ ਆ ਲੇਕਿਨ ਠੀਕ ਆ ਫਿਰ ਵੀ ਸਹਿਰ ਨੇੜੇ ਹੋਣ ਕਰਕੇ ਆਹੋ ਆਜਾਈ ਰਹਿੰਦੀ ਆ ਲੇਕਿਨ ਕੁਝ ਪੱਠੇ ਵਾਲੇ ਹੂੰ ਕੁਝ ਟੱਬਿਆਂ ਵਾਲੇ ਸੀ ਜਿਨ੍ਹਾਂ ਦਾ ਬਿਜ਼ਨਸ ਹੋਰ ਕੋਈ ਆਮ ਪਬਲਿਕ ਸਾਡੇ ਕੋਲ ਜਾਂ ਕੋਈ ਰੇਤਾ ਕੰਮ ਕਰਨ ਵਾਲੇ ਸੀ ਇਹ ਤਿੰਨ ਚਾਰ categories ਦੇ ਲੋਕ ਸਾਨੂੰ ਗਿਆਪਨ ਦੇਣ ਆਏ ਸੀ ਉਹਨਾਂ ਨੂੰ ਸਮਝਾਇਆ ਸੀ ਵੀ ਅਸੀਂ ਰਸਤਾ ਨਹੀਂ ਰੋਕੇ ਹੋਏ ਆ ਆਮ ਪਬਲਿਕ ਸਾਡੇ ਨਾਲ ਸਾਰਾ ਕਿਸਾਨ ਮਜ਼ਦੂਰ ਸਾਡੇ ਨਾਲ ਸਾਰਾ ਦਿਨ ਸੇਵਾ ਕਰਦੇ ਇੱਥੇ ਉਹਨਾਂ ਹੀ ਦਾ ਦਿੱਤਾ ਹੋਇਆ ਅਸੀਂ ਲੰਗਰ ਛਕ ਰਹੇ ਆ ਇੱਕ ਦਾ ਅੱਜ ਤੋਂ ਨਹੀਂ 13 ਤਰੀਕ ਤੋਂ ਲਗਾਤਾਰ ਬੱਦ ਗਰਮੀ ਹੋਈ ਠੰਡੀ ਛਵੀਲਾ ਉਹਨਾਂ ਨੇ ਲਾਈਆਂ ਸਾਰੇ ਪ੍ਰੋਗਰਾਮ ਉਹ ਹੀ ਸੰਭਾਲਦੇ ਆ ਅਸੀਂ ਤਾਂ ਕਿਤੇ ਕੁਝ ਲੈ ਕੇ ਵੀ ਨਹੀਂ ਆਏ ਵੀ ਕੋਈ ਸੇਰ ਆਟਾ ਲੈ ਕੇ ਆਏ ਹੋਣ ਸਾਰੇ ਪਿੰਡਾਂ ਨੇ ਆਪਣੀ ਆਪਣੀ ਡਿਊਟੀਆਂ ਨਿਭਾਰੇ ਨੇ ਵਧੀਆ ਤਰੀਕੇ ਨਾਲ ਕੋਈ ਐਸੀ ਜੀ ਸਮੱਸਿਆ ਹੈਗੀ ਨਹੀਂ ਇਹ ਤਾਂ ਠੀਕ ਹੈ ਸਰਕਾਰਾਂ ਹੁੰਦੀਆਂ ਦਿੱਲੀ ਵੀ ਸਾਡੇ ਨਾਲ ਕਿੰਨੇ ਵਾਰੀ ਹੋਇਆ ਹਮਲਾ ਵੀ ਕਰਾਇਆ 26 ਤਰੀਕ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅਗਲੇ ਪਾਸੇ ਉੱਥੇ ਨਵੇਂ ਪੰਚਾਇਤਾਂ ਵੀ ਕਰਨ ਦੀ ਸੋਚੀ ਉੱਥੇ ਮਜ਼ਦੂਰਾਂ ਦਾ ਤੇ ਵਪਾਰੀਆਂ ਦਾ ਵੀ ਝਗੜਾ ਇੱਕ ਦੋ ਵਾਰ ਹੋਇਆ ਸਰਕਾਰ ਛੜੇ ਅੰਤਰਕਾਰੀ ਹੈ ਜਵਾਬ ਦੇ ਹੀ ਇਹਨਾਂ ਦੇ ਕੋਲ ਕੋਈ ਹੈ ਨਹੀਂ ਵੀ ਐਸਸੀ ਕੋਈ ਜ਼ਿੰਮੇਵਾਰਾ ਜ਼ਿੰਮੇਵਾਰ ਸਰਕਾਰ ਨਹੀਂ ਹੈਗੀ ਇਹ ਕਿਤੇ ਰਾਸ਼ਟਰ ਦੇ ਨਾਂ ਤੇ ਕਿਤੇ ਧਰਮ ਦੇ ਨਾਂ ਤੇ ਕਿਤੇ ਜਾਤ ਪਾਤ ਦੇ ਨਾਂ ਤੇ ਹਰ ਤਰੀਕੇ ਦੇ ਨਾਲ ਸਮਪਰਦਾਇਕਤਾ ਫਲਾਣਾ ਚਾਹੁੰਦੀ ਹੈ ਛੜੇ ਅੰਤਰ ਕਰਨਾ ਚਾਹੁੰਦੀ ਹੈ ਲੇਕਿਨ ਸਾਰੇ ਛੜੇ ਅੰਤਰ ਪਿੱਛੇ ਵੀ ਫੈਲ ਹੋਏ ਨੇ ਅੱਗੇ ਵੀ ਫੈਲ ਉਹਨਾਂ ਦੇ ਹੋਣੇ ਕੋਈ ਕਾਮਯਾਬੀ ਨਹੀਂ ਹੋਣੀ ਲੇਕਿਨ ਜਿਹੜੇ ਅੰਦੋਲਨ ਹੁੰਦੇ ਪਵਿੱਤਰ ਅੰਦੋਲਨ ਹੁੰਦੇ ਸੱਚੀ ਆਤਮਾ ਦੇ ਨਾਲ ਲੋਕ ਅੰਦੋਲਨ ਕਰਦੇ ਨੇ ਤਾਂ ਹੀ ਜਨਨ ਦਿੰਦੇ ਨੇ ਕੋਈ ਨਹੀਂ ਹੁੰਦਾ ਕੋਈ ਅੱਜ ਤੁਹਾਡੇ ਸਾਹਮਣੇ 13 ਤਰੀਕ ਨੂੰ ਲੱਖਾਂ ਲੋਕ ਜਾਣ ਦੇਣ ਨੂੰ ਤਿਆਰ ਸੀ 21 ਤਰੀਕ ਨੂੰ ਲੱਖਾਂ ਲੋਕ ਜਾਣ ਦੇਣ ਨੂੰ ਤਿਆਰ ਸੀ ਕੋਈ ਉਹਨਾਂ ਨੂੰ ਕੋਈ ਪੜਾ ਕੇ ਜਾਂ ਪੈਸੇ ਦੇ ਤੋਂ ਥੋੜੀ ਲਿਆ ਜਾਂਦਾ ਹੈ ਉਹ ਆਪਣੇ ਉਹਨਾਂ ਨੂੰ ਪਤਾ ਵੀ ਸਾਡੀ ਲੜਾਈ ਕੀ ਹੈ ਕਾਰਪੋਰੇਟ ਘਰਾਣੇ ਪੂਰੇ 150 ਕਰੋੜ ਦੀ ਆਵਾਮ ਦੀ ਜਿਹੜੀ ਲੁੱਟ ਕਰ ਰਹੇ ਨੇ ਸਰਕਾਰਾਂ ਨਾਲ ਮਿਲ ਕੇ ਸਰਕਾਰਾਂ ਸਾਡੀ ਬਣਾਈ ਹੋਈਆਂ ਜਦੋਂ ਉਹਨਾਂ ਦੇ ਪੱਖਪੂਰਦਿਆਂ ਨੇ ਫਿਰ ਲੋਕਾਂ ਨੂੰ ਪਤਾ ਲੱਗਿਆ ਸਾਡਾ ਜਿਹੜਾ 21 ਦਾ ਅੰਦੋਲਨ ਆ ਪੂਰੇ ਦੇਸ਼ ਦੇ ਕਿਸਾਨਾਂ ਨੂੰ ਅਸੀਂ ਸਮਝਾਉਣ ਚ ਕਾਮਯਾਬ ਹੋ ਗਏ ਵੀ ਕੀ ਐ ਐਮਐਸਪੀ ਹੁੰਦੀ ਹੈ ਸਰਕਾਰ ਸਾਨੂੰ ਐਮਐਸਪੀ ਦੇ ਵਿੱਚ ਕਿਵੇਂ ਗੁੰਮਰਾਹ ਕਰਦੀ ਹੈ ਬڑے-ਬڑے ਐਡਾਂ ਦਿੰਦੀ ਹੈ ਲੇਕਿਨ ਖਰੀਦ ਕਿੰਨੀ ਕਰਦੀ ਹੈ 20% ਹੀ ਹੁੰਦੀ ਖਰੀਦ ਕਰਦੀ ਹੈ 40% ਝੋਨੇ ਦੀ ਖਰੀਦ ਕਰਦੀ ਹੈ ਪੁਆਇੰਟ 0.25 ਯਾਨੀ ਕਿ ਕਵੰਟਲ ਪਿੱਛੇ ਪਾਈਆ ਦਾਲ ਖਰੀਦਦੀ ਹੈ ਇੱਕ ਕਵੰਟਲ ਪਿੱਛੇ 150 ਗ੍ਰਾਮ ਤੇਲ ਮੰਨ ਲੇ ਤੀਲਣ ਫਸਲਾਂ ਖਰੀਦਦੀ ਆ ਇਹ ਯਾਨੀ ਕਿ ਇੰਨਾ ਮਜ਼ਾਕ ਕਰਦੀ ਆ ਫਿਰ ਕਹਿੰਦੀ ਵੀ ਅਸੀਂ ਐਮ ਐਸ ਬੀ ਦੇ ਦਿੱਤੀ ਐ ਐਮ ਐਸ ਬੀ ਹੈ ਐਮ ਐਸ ਬੀ ਰਹੇਗੀ ਲੇਕਿਨ ਅਸੀਂ ਇਹੀ ਪੁੱਛਦੇ ਆ ਭਾਈ ਅਸੀਂ ਸਰ੍ਹਸੋਂ ਕਿੱਥੇ ਲੈ ਕੇ ਆਈਏ ਮੂੰਗੀ ਕਿੱਥੇ ਲੈ ਕੇ ਆਈਏ ਅਸੀਂ ਆਪਣਾ ਜਿਹੜਾ ਪੂਰੇ ਦੇਸ਼ ਦਾ ਕਿਸਾਨ ਆ ਉਹ ਝੋਨਾ ਕਿੱਥੇ ਲੈ ਕੇ ਆਏ ਜਿਹੜੇ ਹੋਰ ਦੂਜੀਆਂ ਸਟੇਟਾਂ ਨੇ ਹੋਰ ਸਾਡਾ ਜਿਹੜਾ ਕਪਾਸ ਆ ਕਿੱਥੇ ਲੈ ਕੇ ਆਈਏ ਅਸੀਂ ਸੂਰਜਮੁਖੀ ਕਿੱਥੇ ਲੈ ਕੇ ਆਈਏ ਉਹ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਹੈ ਲੇਕਿਨ ਨੈਰੇਟਿਵ ਇੰਨਾ ਸੈਟਅਪ ਕੀਤਾ ਹੁਣ ਵੀ ਐਮਐਸਬੀ ਦੇਦੀ ਹੁਣ ਤਾਂ ਤੁਸੀਂ ਉਠੋ ਚਾਹਤ ਕਿ ਇਹ ਤਾਂ ਜਦੋਂ ਦੇਸ਼ ਆਜ਼ਾਦ ਹੋਇਆ ਜਦੋਂ ਇਹ ਐਮਐਸਬੀ ਤੈਅ ਕਰਦੇ ਨੇ ਲੇਕਿਨ ਖਰੀਦ ਬਿਲਕੁਲ ਵੀ ਨਹੀਂ ਕਰਦੇ ਨਾ ਮਾਤਰ ਵੀ ਨਹੀਂ ਕਰਦੇ ਹੈਗੇ ਤੇ ਇਹ ਫਸਲਾਂ ਆ ਸਾਡੀ ਜਿਹੜੀ ਡਿਮਾਂਡ ਆ ਸਾਡੀ ਜਿਹੜਾ ਇਹ ਅਸੀਂ ਡਿਮਾਂਡ ਕਰ ਰਹੇ ਕੱਲੇ ਕਿਸਾਨਾਂ ਵਾਸਤੇ ਨਹੀਂ ਕਾਰਪੋਰੇਟ ਘਰਾਨੇ ਘੱਟ ਰੇਟ ਦਾ ਕਿਸਾਨ ਤੋਂ ਫਸਲ ਖਰੀਦਦੇ ਨੇ ਤੇ ਪੂਰੀ ਆਬਾਦ ਨੂੰ ਵੱਧ ਰੇਟ ਦੇ ਵੇਚਦੇ ਨੇ ਏ ਜੀ ਐਮ ਐਸ ਪੀ ਗਰੰਟੀ ਦਾ ਕਾਨੂੰਨ ਬਣ ਜਾਂਦਾ ਜਿਵੇਂ ਝੋਨੇ ਦੇ ਗਿਹੋਂ ਦੇ ਉੱਤੇ ਤੁਸੀਂ ਬਲੈਕ ਦੇਖੀ ਕਦੇ ਜੇ 22 ਰੁਪਏ 21 ਰੁਪਏ ਝੋਨਾ ਵੇਚਿਆ ਤੇ 22 23 ਰੁਪਏ 22 ਰੁਪਏ ਗਿਹੋਂ ਬਿਖੀ ਤੇ 20 ਤੁਸੀਂ 25 ਰੁਪਏ ਆਟਾ ਮਿਲ ਜੂਗਾ 26 ਮਿਲ ਜੂਗਾ 30 ਰੁਪਏ ਮਿਲ ਜੂਗਾ ਐ ਤਾਂ ਨਹੀਂ ਹੋਇਆ ਕਿ 22 ਰੁਪਏ ਦਾ ਤੁਹਾਨੂੰ 120 ਰੁਪਏ ਖਰੀਦਣਾ ਪਿਆ ਲੇਕਿਨ ਦਾਲ ਦੇ ਵਿੱਚ ਇਦਾਂ ਹੀ ਹੁੰਦਾ ਹੈ ਤੇਲ ਦੇ ਵਿੱਚ ਇਦਾਂ ਹੀ ਹੁੰਦਾ ਹੈ ਕਿਸੇ ਸਾਲ 100 ਦਾ ਤੇਲ ਹੋਇਆ ਕਿਸੇ ਸਾਲ 250 ਦਾ ਹੋ ਗਿਆ ਕਿਸੇ ਸਾਲ ਦਾਲ 100 ਦੀ ਹੋ ਗਈ ਕਦੇ 250 ਦੀ ਹੋ ਗਈ ਯਾਨੀ ਕਿ ਜੇ ਕਿਸਾਨ ਨੂੰ ਐਮ ਐਸ ਸਕਦੀ ਹੈ ਲੇਕਿਨ ਜਦ ਕਿਸਾਨ ਫਸਲ ਪੈਦਾ ਕਰਦਾ ਹੈ 5-7 ਸਾਲ ਪਿੱਛੇ ਵੀ ਚਲੋ ਐਤਕੀ ਦਾਲ ਦਾ ਰੇਟ ਵੱਧ ਹੈ ਬਾਹਰ ਤੋਂ ਇمپੋਰਟ ਕਰਦੇ ਨੇ ਕਾਰਪੋਰੇਟ ਘਰਾਣੇ ਫਿਰ 5-7 ਸਾਲ ਕਿਸਾਨ ਉਸ ਫਸਲ ਦੇ ਵੱਲ ਮੂੰਹ ਨਹੀਂ ਕਰਦਾ ਤੇ ਫਿਰ ਕਾਰਪੋਰੇਟ ਘਰਾਣੇ ਅਡਾਨੀ ਬਾਨੀਆ ਨੇ ਦਾਲਾਂ ਖਰੀਦਣੀਆਂ ਨੇ ਵੇਚਣੀਆਂ ਨੇ ਫਿਰ ਉਹ ਬੜੀ ਖੁੱਲੀ ਲੁੱਟ ਪੂਰੀ ਆਵਾਮ ਦੀ ਕਰਦੇ ਨੇ ਅੱਛਾ ਇਸ ਤੋਂ ਮੁੱਦੇ ਤੋਂ ਹਟ ਕੇ ਇੱਕ ਮੁੱਦਾ ਹੈ ਜਿਹੜਾ ਬਹੁਤ ਚਰਚਾ ਦੇ ਵਿੱਚ ਹੈ ਨਵਦੀਪ ਵਾਟਰ ਕੈਨਨ ਵਾਲਾ ਉਹਦੀ ਜਿਹੜੇ ਉਹ ਤੇ ਤਸ਼ੱਦਦ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਕੀ ਸਚਾਈ ਅਸਲ ਤੁਹਾਡੇ ਨਾਲ ਜੁੜਿਆ ਹੋਆ ਤੁਹਾਡੇ ਨਾਲ ਹੈ ਉਹ ਅਸਲ ਸਚਾਈ ਕੀ ਆ ਉੱਥੇ ਕਿ ਉਹਦਾ ਮਾਮਲਾ ਕਿੱਥੇ ਖੜਾ ਹੈ ਕਿ ਵਾਕਈ ਉਹਨਾਂ 'ਤੇ ਤਸ਼ੱਦਦ ਹੋਇਆ ਹੈ ਹਾਂ ਬਿਲਕੁਲ ਉਹਨਾਂ ਦੇ ਫਾਦਰ ਸਾਹਿਬ ਨੇ ਉਹਦੇ ਮਦਰ ਦੇ ਮੇ ਵੀ ਮਿਲ ਕੇ ਆਇਆ ਉਹਨਾਂ ਨੂੰ ਮੰਨ ਲੇ 3 ਡਿਗਰੀ ਟਾਰਚਰ ਕਰਿਆ ਗਿਆ ਉੱਥੇ ਉਹਨਾਂ ਨੂੰ ਤੁਸੀਂ ਉਹ ਬਾਹਰ ਆਉਂਗੇ ਕਦੇ ਪ੍ਰਮਾਤਮਾ ਨੇ ਸ਼ੁਕਰ ਕਰਿਆ ਅਸੀਂ ਅੰਦੋਲਨ ਕਰ ਰਹੇ ਹਾਂ ਤੁਸੀਂ ਆਪ ਵੀ ਉਹਨਾਂ ਨੂੰ ਪੁੱਛੋਗੇ ਲੇਕਿਨ ਜਿਹੜੀ ਉਹਨਾਂ ਦੇ ਧਾਰਾਵਾਂ ਲਾਈਆਂ ਗਈਆਂ ਸਾਰੀ ਬੇਬੁਨਿਆਦ ਨੇ ਤਕਰੀਬਨ ਸਾਰੇ ਸਾਥੀ ਉਹਦੇ ਵਿੱਚ ਉਹਨਾਂ ਨੇ ਨਾਂ ਆ ਭੰਦੇਰ ਸਾਹਿਬ ਦਾ ਵੀ ਸਾਡਾ 22 23 ਬੰਦਿਆਂ ਦਾ ਉਸੇ ਐਫਆਈਆਰ ਦੇ ਵਿੱਚ ਨਾਂ ਆ ਅੰਨਿਆਂ ਦੇ ਵਿੱਚ ਉਹਨਾਂ ਨੇ 300 ਕਨੇ 400 ਪਾਏ ਹੋਏ ਆ ਉਹਨਾਂ ਨੇ ਦੱਸਿਆ ਵੀ ਸਾਡਾ ਡੀਐਸਪੀ ਉਹਨਾਂ ਨੇ 307 ਲਾਈ ਆ ਵੀ ਡੀਐਸਪੀ ਅਰਸ਼ਦੀਪ ਨੂੰ ਕਾਇਲ ਕੀਤਾ ਗਿਆ ਅਸੀਂ ਤਾਂ 500 ਮੀਟਰ ਦੂਰ ਖੜੇ ਆ ਉਹਨਾਂ ਨੇ ਬਿਆਨ ਦਿੱਤਾ ਮਾਨੂੰ ਧੱਕਾਮੁਕੀ ਕਰੀ ਆ ਅਸੀਂ ਉਹਨਾਂ ਨੂੰ ਕਿਹਾ ਵੀ ਇੱਕ ਵੀ ਵੀਡੀਓ ਨਵਦੀਪ ਦੇ ਹੱਥ ਦੇ ਵਿੱਚ ਹਥਿਆਰ ਰੋੜਾ ਮਾਰਨ ਦੀ ਧੱਕਾਮੁਕੀ ਮਾਰਨੀ ਤੁਸੀਂ ਦਿਹੋ ਸਮੱਸਿਆ ਹੀ ਕੋਈ ਨਹੀਂ ਜਿਹੜੀ ਮਰਜ਼ੀ ਸਜ਼ਾ ਦੇਓ ਲੇਕਿਨ ਸਾਰੀ ਦੀ ਸਾਰੀ ਬੇਬੁਨਿਆਦ ਝੂਠੇ ਮੁਕੱਦਮੇ ਦਰਜ ਨੇ ਸਾਡੇ ਉੱਤੇ ਐਨਐਸਏ ਲਾਉਣ ਤੱਕ ਦੇ ਇਹਨਾਂ ਨੇ ਧਮਕੀਆਂ ਦਿੱਤੀਆਂ ਪਾਸਪੋਰਟ ਰੱਦ ਕਰਨ ਦੀਆਂ ਧਮਕੀਆਂ ਦਿੱਤੀਆਂ ਸਿਰਫ ਇਹਨਾਂ ਨੇ ਸਾਡੀ ਜਥੇਬੰਦੀ ਦੇ ਮੇਰੇ ਖਿਆਲ 150 ਦੇ ਆਸ-ਪਾਸ ਦੇ ਕਿਸਾਨਾਂ ਦੇ ਘਰਾਂ ਦੇ ਬਾਹਰ ਇਹਨਾਂ ਨੇ ਨੋਟਿਸ ਲਾਇਆ ਵੀ ਤੁਹਾਡੀ ਜ਼ਮੀਨਾਂ ਖੁਰਕ ਕਰ ਦਿੱਤੀਆਂ ਜਾਣਗੀਆਂ ਜੇ ਤੁਸੀਂ ਅੰਦੋਲਨ ਦੇ ਵਿੱਚ ਜਾਓਗੇ ਹਰ ਤਰ੍ਹਾਂ ਦਾ ਤਸੱਦਦ ਨਵਦੀਪ ਤੇ ਗੁਰਕੀਰਤ ਦੇ ਇਹਨਾਂ ਨੇ ਕੀਤਾ ਹੈ ਉਸ ਵਾਸਤੇ ਇਹਨਾਂ ਨੇ ਬਹੁਤ ਪੈਰਾ ਮਿਲਟਰੀ ਫੋਰਸ ਲਾ ਕੇ ਜੇ ਇਹ ਕਹਿੰਦੇ ਵੀ ਹਰਿਆਣੇ ਦੀ ਵੀ ਅੰਦੋਲਨ ਨਹੀਂ ਹੈਗਾ 70000 ਪੈਰਾ ਮਿਲਟਰੀ ਫੋਰਸ ਲਾਈ ਕਰ ਕਰ ਕਿਸਾਨ ਦੇ ਕੱਲੇ ਕੱਲੇ ਆਗੂ ਦੇ ਘਰ ਦੇ ਬਾਹਰ 100-100 ਪੁਲਿਸ ਵਾਲਾ ਖੜਾਇਆ ਇਹਨਾਂ ਨੇ ਹਰ ਇੱਕ ਪਿੰਡ ਤੋਂ ਜੇ ਕੋਈ ਬਾਹਰ ਕਣ ਦੀ ਕੋਸ਼ਿਸ਼ ਕਰੀ ਝੰਡਾ ਕਿਸਾਨੀ ਦਾ ਲਗਿਆ ਹੋਇਆ ਉਸ ਟਰੈਕਟਰ ਨੂੰ ਉਸ ਗੱਡੀ ਨੂੰ ਸੜਕ ਤੇ ਚੜਨ ਦਿੱਤਾ ਗਿਆ ਇਹ ਸੋਚਦੇ ਆ ਵੀ ਨੌਜਵਾਨ ਨਵਦੀਪ ਦੀ ਵੀਡੀਓ ਦੁਨੀਆ ਫਾਲੋ ਕਰਦੀ ਹੈ ਉਹਨੂੰ ਬਹੁਤ ਦੂਰ ਤੱਕ ਸੁਣਿਆ ਜਾਂਦਾ ਹੈ ਵੀ ਇਹ ਜਦ ਬੋਲਦੇ ਆ ਦੁਨੀਆ ਤੱਕ ਆਵਾਜ਼ ਜਾਂਦੀ ਹੈ ਗੱਲ ਜਾਂਦੀ ਹੈ ਵੀ ਇਹ ਅੱਪਾ ਨੇ ਆਵਾਜ਼ ਦਿਵਾਉਣ ਵਾਸਤੇ ਵੀ ਹੋਰ ਵੀ ਕੋਈ ਨੌਜਵਾਨ ਜਿਵੇਂ ਪੰਜਾਬ ਦੇ ਵਿੱਚ ਪਿੱਛੇ ਪਾਨੇ ਸਿੱਧੂ ਦੇ ਉੱਤੇ ਤਸੱਦਦ ਕੀਤਾ ਇਹਨਾਂ ਲੋਕਾਂ ਨੇ ਹੁਣ ਨਵਦੀਪ ਤੇ ਕਰਿਆ ਸੀ ਇਹਨਾਂ ਨੂੰ ਕਿਹਾ ਵੀ ਤੁਸੀਂ ਤਾਂ ਐਂ ਦੱਸੋ ਸਾਨੂੰ ਮੈਂ ਸਰਕਾਰ ਨੂੰ ਮੀਡੀਆ ਦੇ ਰਾਹੀਂ ਵੀ ਕਿਹਾ ਅਸੀਂ ਅਫਸਰ ਸਾਹਿਬਾਨ ਨੂੰ ਸਿੱਧੇ ਵੀ ਕਿਹਾ ਤੁਸੀਂ ਐਂ ਦੱਸੋ ਵੀ ਕਿੰਨੇ ਬੰਦੇ ਤੁਹਾਨੂੰ ਜਾਨ ਲੈਣੀ ਹੈ ਕਿੰਨੇ ਬੰਦਿਆਂ ਨੂੰ ਗੋਲੀ ਨਾਲ ਤੁਸੀਂ ਸ਼ਹੀਦ ਕਰਨਾ ਹੈ ਤਾਂ ਅਸੀਂ ਲਾਈਨ ਦੇ ਵਿੱਚ ਹੋ ਕੇ ਤਸੱਦਦ ਕਰਨ ਨੂੰ ਤਿਆਰ ਆ ਪਰ ਲੇਕਿਨ ਜਿਹੜਾ ਇੱਕ ਇੱਕ ਬੰਦੇ ਨੂੰ ਇਸ ਤਰ੍ਹਾਂ ਜਿਹੜਾ ਸਾਡੇ ਆਗੂ ਨੇ ਖਾਸ ਕਰ ਨੌਜਵਾਨ ਆਗੂ ਨੇ ਕੋਈ ਅੱਜ ਨਹੀਂ ਉਹ ਖੇਲੇ ਅੰਦੋਲਨ ਦੇ ਵਿੱਚ ਵੀ ਉਹਨਾਂ ਨੇ ਬੜੀ ਸਿਰਕਤ ਕਰੀ ਜਦ ਅਸੀਂ ਦਿੱਲੀ ਨੂੰ ਗਏ 25 ਆਪਣਾ ਨਵੰਬਰ ਨੂੰ ਵਾਟਰ ਕੈਨਲ ਦਾ ਮੂੰਹ ਮੋੜ ਕੇ ਪੂਰਾ ਪਰਿਵਾਰ ਕੋਈ ਇਹੋ ਜਿਹਾ ਲੀਡਰ ਤੁਹਾਨੂੰ ਪੂਰੇ ਹਰਿਆਣਾ ਪੰਜਾਬ ਦੇ ਵਿੱਚ ਦੇਖਿਓ ਵੀ ਕੋਈ ਸਾਰੇ ਪਰਿਵਾਰ ਤੇ ਮੁਕੱਦਮੇ ਦਰਜ ਹੋਣ ਨਵਦੀਪ ਦੀ ਪੂਰੀ ਫੈਮਿਲੀ ਦੇ ਉੱਤੇ ਜਿੰਨੇ ਜੈਂਟਸ ਨੇ ਸਾਰੇ ਚਾਚੇਤਾਏ ਭਤੀਜੇ ਜਿੰਨੇ ਵੀ ਸਭ ਤੇ ਮੁਕੱਦਮੇ ਦਰਜ ਨੇ ਹੂੰ ਛੋਟੀਆਂ ਗੱਲਾਂ ਲਈ ਪੂਰਾ ਤਸੱਦਦ ਪਰਿਵਾਰ ਲੈਵਲ ਤੇ ਵੀ ਇਹਨਾਂ ਨੇ ਯਾਨੀ ਕਿ ਜਿਨ੍ਹਾਂ ਦਾ ਕੋਈ ਮੰਨ ਲਿਓ ਆਣਾ ਜਾਣਾ ਵੀ ਉਹਨਾਂ ਨੂੰ ਵੀ ਇਹਨਾਂ ਨੇ ਮੁਕੱਦਮੇ ਪਿਛਲੇ ਵਾਰ ਦਰਜ ਕੀਤੇ ਐਤਕੀ ਵੀ ਜਿਹੜਾ ਕੋਈ ਸਾਡੇ ਨਾਲ ਕਿਸੇ ਨੇ ਟੈਲੀਫੋਨ ਕਰ ਲਿਆ ਹਾਲਚਾਲ ਪੁੱਛ ਲਿਆ ਉਸ ਦੇ ਘਰ ਵੀ ਪੁਲਿਸ ਪਹੁੰਚੀ ਇਹ ਜੇ ਹਾਲਾਤ ਹਰਿਆਣੇ ਦੇ ਇਹਨਾਂ ਨੇ ਬਣਾਏ ਲੇਕਿਨ ਹੁਣ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਅੱਗੇ ਵੀ ਹੁਣ ਇਲੈਕਸ਼ਨ ਆ ਹਰਿਆਣੇ ਦੇ ਵਿੱਚ ਅਸੀਂ ਸਰਕਾਰ ਨੂੰ ਕਹਿਣ ਜਾਂਦੇ ਹਾਂ ਤੁਸੀਂ ਸਮਝ ਜਾਓ ਜਿਹੜੇ ਸਾਡੇ ਮਸਲੇ ਨੇ ਸਾਡੀ ਜਿਹੜੀ ਡਿਮਾਂਡਾਂ ਨੇ ਇਹ ਤੁਸੀਂ ਵਾਅਦੇ ਕੀਤੇ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਤੁਸੀਂ ਸਾਡੇ ਨਾਲ ਵਾਅਦਾ ਕਿਤੇ ਨੇ ਜੇ ਕਾਂਗਰਸ ਪੂਰੇ ਕਰਦੀ ਤਾਂ ਅਸੀਂ ਤੁਹਾਨੂੰ ਵੋਟਾਂ ਕਿਉਂ ਪਾਉਂਦੇ ਇਸ ਕਰਕੇ ਵੀ ਸਾਡੇ ਵਾਅਦੇ ਪੂਰੇ ਕਰਦੇ ਨਹੀਂ ਹਾਲਾਤ ਤੁਹਾਡੇ ਵੀ ਕਾਂਗਰਸ ਵਰਗੇ ਹੋ ਜਾਣੇ ਨੇ ਫਿਰ ਆਪਣਾ ਤੁਸੀਂ ਯਾਦ ਕਰ ਕਰਕੇ ਰੋਣਾ ਵੀ ਹਾਂ ਕਬੀ ਹਮਾਰਾ ਵੀ ਰਾਜ ਹੁੰਦਾ ਤਾਂ ਐਸੇ ਹਾਲਾਤ ਲੋਕਾਂ ਨੇ ਇਹਨਾਂ ਦੇ ਬਣਾ ਦੇਣੇ। ਪਰ ਨਵਦੀਪ ਦੇ ਲਈ ਹੁਣ ਤੁਹਾਡੀ ਜਥੇਬੰਦੀ ਅੱਗੇ ਜਿਹੜੀ ਆ ਕਿਸ ਤਰ੍ਹਾਂ ਦੀ ਪਹਿਲ ਕਦਮੀ ਕਰ ਰਹੀ ਆ ਜਿਵੇਂ ਤੁਸੀਂ ਕਹਿ ਰਹੇ ਕਿ ਰੱਬ ਆਲੀ ਕਰੇ ਉਹ ਕਦੇ ਬਾਹਰ ਆਵੇ ਆਉਣ ਵਾਲੇ ਸਮੇਂ ਦੇ ਵਿੱਚ ਪਹਿਲ ਕਦਮੀ ਤੁਹਾਡੇ ਵੱਲੋਂ ਤੁਹਾਡੀ ਜਥੇਬੰਦੀ ਵੱਲੋਂ ਕਿਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ ਪਹਿਲਾਂ ਤਾਂ ਮੋਰਚੇ ਨੇ ਆਪਣਾ ਇੱਕ ਮਹੀਨੇ ਤੋਂ ਵੱਧ ਰੇਲ ਦਾ ਉਰੇ ਰੇਲ ਰੋਕ ਕੇ ਰੱਖੀ। ਸਰਕਾਰ ਦੇ ਕੰਨ ਦੇ ਜੂ ਨਹੀਂ ਸराई ਲੇਕਿਨ ਫਿਰ ਆਪਾਂ ਨੇ ਆਪਣੇ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਹੁਣ 17 ਜੁਲਾਈ ਨੂੰ ਅੰਮ੍ਰਾਲੇ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਜਾਵੇਗਾ 25-30 ਹਜ਼ਾਰ ਕਿਸਾਨ ਉੱਥੇ ਇਕੱਠੇ ਹੋਊਗਾ ਪੂਰਾ ਹਰਿਆਣਾ ਪੰਜਾਬ ਐਸਕੇਐਮ ਨਾਨ ਪੋਲੀਟੀਕਲ ਕਿਸਾਨ ਮਜ਼ਦੂਰ ਮੋਰਚਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਅੰਦੋਲਨ ਚੱਲ ਰਿਹਾ ਸਾਰੀ ਲੀਡਰਸ਼ਿਪ ਨੇ ਮਿਲ ਕੇ ਫਿਰ ਇੱਕ ਪ੍ਰੋਗਰਾਮ ਬਣਾਇਆ 17 ਜੁਲਾਈ ਦਾ ਝੋਨੇ ਦਾ ਸੀਜ਼ਨ ਇਸ ਕਰਕੇ 17 ਤਰੀਕ ਨੂੰ ਇਹ ਪ੍ਰੋਗਰਾਮ ਰੱਖਿਆ ਗਿਆ ਅੰਮ੍ਰਾਲਾ ਅਨਾਜ ਮੰਡੀ ਦੇ ਵਿੱਚ ਇਕੱਠ ਹੋਊਗਾ ਤੇ ਉੱਥੋਂ ਫਿਰ ਮਿਲ ਕੇ ਆਪਣਾ ਐਸਪੀ ਦਫਤਰ ਦਾ ਘਰਾਵ ਕਰਨਗੇ ਦੋ ਦਿਨ ਵਾਸਤੇ ਫਿਰ ਦੇਖਦੇ ਹਾਂ ਉਸ ਤੋਂ ਬਾਅਦ ਮੌਕੇ ਦੇ ਵਿੱਚ ਜਿਹੜੇ ਜਿਹੇ ਡਿਸੀਜਨ ਜੇ ਸਰਕਾਰ ਨਹੀਂ ਮੰਨੇਗੀ ਸਰਕਾਰ ਉਹਨਾਂ ਨੂੰ ਰਿਹਾਰ ਨਹੀਂ ਕਰਦੀ ਫਿਰ ਅਗਲੇ ਡਿਸੀਜਨ 18 ਤਰੀਕ ਨੂੰ ਅੰਮ੍ਰਾਲਾ ਦੇ ਐਸਪੀ ਆਫਿਸ ਤੋਂ ਕੀਤੇ ਜਾਣਗੇ ਉੱਤੇ ਬੈਠਣਾ ਦੋ ਦਿਨ ਦੇ ਲਈ ਹਾਂ ਦੋ ਦਿਨ ਬੈਠਾਂਗੇ ਫਿਰ ਅਗਲੀ ਕਾਲ ਆ ਜਿਹੜੀ ਉਸੇ 18 ਤਰੀਕ ਨੂੰ ਉੱਥੇ ਉੱਥੇ ਦਿੱਤੀ ਜਾਵੇਗੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ